ਫਿਰੋਜ਼ਪੁਰ ਦੇ ਵਿੱਚ ਵਾਪਰੇ ਦਰਦਨਾਕ ਹਾਦਸੇ ਦੇ ਦੌਰਾਨ ਦੋ ਪੁੱਤਰਾਂ ਦੇ ਸਾਹਮਣੇ ਹੀ ਪਿਓ ਦੀ ਮੌਤ ਹੋ ਗਈ। ਪੁਲਿਸ ਲਾਈਨ ਦੇ ਨੇੜੇ ਮੋਟਰਸਾਈਕਲ ਅਤੇ ਗੱਡੀ ਦੀ ਆਪਸ ਦੇ ਵਿੱਚ ਟੱਕਰ ਹੋਈ। 45 ਸਾਲਾਂ ਵਿਅਕਤੀ ਦੀ ਮੌਤ ਹੋ ਗਈ। ਦੋ ਲੜਕੇ ਗੰਭੀਰ ਜ਼ਖਮੀ ਹੋ ਗਏ। ਫਿਰੋਜ਼ਪੁਰ ਪੁਲਿਸ ਲਾਈਨ ਦੇ ਨਜ਼ਦੀਕ ਇਹ ਦਰਦਨਾਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਪੁੱਤਰਾਂ ਦੇ ਸਾਹਮਣੇ ਹੀ ਉਹਨਾਂ ਦੇ ਪਿਓ ਨੇ ਦਮ ਤੋੜ ਦਿੱਤਾ। ਇਸ ਘਟਨਾ ਦੇ ਵਿੱਚ ਪੁੱਤਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ, ਅਜਿਹੀ ਜਾਣਕਾਰੀ ਸਾਹਮਣੇ ਆਈ ਹੈ। ਮ੍ਰਿਤਕ ਸਾਰਜ ਸਿੰਘ ਉਮਰ ਕਰੀਬ 45 ਸਾਲ ਵਾਸੀ ਪਿੰਡ ਜੋਧਪੁਰ, ਜੋ MP ਵਿੱਚ ਮਸ਼ੀਨ ਨਾਲ ਕਣਕ ਦਾ ਸੀਜ਼ਨ ਲਗਾਉਣ ਲਈ ਗਏ ਹੋਏ ਸਨ। ਜਦੋਂ ਉਹ ਕਾਫੀ ਦਿਨਾਂ ਬਾਅਦ ਘਰ ਵਾਪਸ ਆ ਰਹੇ ਸਨ ਤਾਂ ਰਸਤੇ ਦੇ ਵਿੱਚ ਇਹ ਹਾਦਸਾ ਵਾਪਰ ਗਿਆ। ਫਿਰੋਜ਼ਪੁਰ ਤੋਂ ਅੱਜ ਦੀ ਆਵਾਜ਼ ਦੇ ਲਈ ਸ਼ੁਭਮ ਖੁਰਾਨਾ ਦੀ ਰਿਪੋਰਟ। ਸ਼ੁਭਮ ਜੀ, ਸ਼ੁਭਮ ਕਿੱਥੋਂ ਆ ਰਹੇ ਸੀਗੇ? ਅਸੀਂ ਨਾ ਜੋਧਪੁਰ ਆ ਰਹੇ ਸੀ, ਪਾਪਾ ਨੂੰ ਸ਼ਹਿਰੋਂ ਲੈ ਕੇ ਚੱਲੇ ਹਾਂ ਵਾਪਸ ਮਸ਼ੀਨ ਤੋਂ ਆਏ ਸੀਜ਼ਨ ਲਾ ਕੇ। ਹਾਂ, ਸ਼ੇਰ ਸ਼ਾਲੀ ਤੋਂ ਬਾ ਕੇ ਖੜਿਆ ਸੀ ਉਹਨੂੰ, ਅਤੇ ਮੋੜ ਕੇ ਅਤੇ ਅਸੀਂ ਮੱਠਾ ਕੀਤਾ ਮੋਟਰਸਾਈਕਲ, ਅਤੇ ਗੱਡੀ ਵਾਲੇ ਨੇ ਚੋਰ ਨਾਲ ਵਿੱਚ ਲਿਆ ਕੇ ਮੋਟਰਸਾਈਕਲ ਮਾਰ ਅਤੇ ਗੱਡੀ ਮਾਰ। ਗੱਡੀ ਇੱਧਰੋਂ ਆ ਰਹੀ ਸੀਗੀ ਜਲਾਲਾਬਾਦ ਨੂੰ। ਤੇਜ਼ ਰਫ਼ਤਾਰ ਸੀ? ਹਾਂ, ਗੱਡੀ ਦੀ ਤੇਜ਼ ਰਫ਼ਤਾਰ ਸੀ। ਤੁਸੀਂ ਕਿੱਥੇ ਤੇ ਸੀਗੇ? ਅਸੀਂ ਮੋਟਰਸਾਈਕਲ ਤੇ। ਕਿੰਨੇ ਜਣੇ? ਤਿੰਨ ਜਣੇ। ਤੁਹਾਡੇ 'ਚ ਮਾਰੀ ਆ ਕੇ ਤੇਜ਼? ਹਾਂ, ਅਤੇ ਜ਼ਖਮੀ ਹੋਏ? ਤਿੰਨੇ ਜ਼ਖਮੀ ਹੋਏ। ਭਰਾ ਨੂੰ ਵੀ ਸੱਟ ਲੱਗੀ ਹੋਈ, ਮੇਰੇ ਭਰਾ ਦੀ ਵੀ ਲੱਤ ਟੁੱਟੀ, ਪਾਪਾ ਦੀ ਡੈਥ ਹੋ ਗਈ। ਭੱਜ ਗਿਆ? ਹਾਂਜੀ, ਗੱਡੀ ਵਾਲਾ ਭੱਜ ਗਿਆ। ਹੁਣ ਪੁਲਿਸ ਨੇ ਕੋਈ ਕਾਰਵਾਈ ਕੀਤੀ? ਹਾਂਜੀ, ਕਰ ਰਿਹਾ ਕਾਰਵਾਈ। ਮੇਰੇ ਘਰ ਵਾਲਾ ਸੀ, ਉਹ MP ਤੋਂ ਆ ਰਿਹਾ ਸੀ, ਇਸ ਤਰ੍ਹਾਂ ਗੱਡੀ ਵੇਖ ਮਹਿੰਦਰਾ ਬੇਕਅਪ ਵੱਜੀ। ਮੇਰੇ ਲੜਕੇ ਦੋਨੇ ਸਟੇਸ਼ਨ ਤੋਂ ਲੈ ਕੇ ਵਾਪਸ ਘਰੇ ਚੱਲੇ ਸੀ, ਗੱਡੀ ਵੱਜੀ ਆ ਵਿੱਚ ਬੇਕਅਪ। ਦੋਨਾਂ ਦੀਆਂ ਲੱਤਾਂ ਟੁੱਟ ਗਈਆਂ, ਦੋਨਾਂ ਮੁੰਡਿਆਂ ਦੀਆਂ। ਇਨਸਾਫ ਚਾਹੀਦਾ ਸਾਨੂੰ, ਸਾਡੇ ਨਾਲ ਇਨਸਾਫ ਹੋਣਾ ਚਾਹੀਦਾ। ਮੇਰੇ ਬੱਚੇ ਵੀ ਦੋਵੇਂ ਮੰਜੇ ਤੇ ਪੈ ਗਏ ਨੇ, 16 ਸਾਲ, 18 ਸਾਲ, ਇੱਕ ਦਾ ਆਲਮ ਏ, ਆਲਮ ਇੱਕ ਦਿਨ, ਇੱਕ ਦਿਨ ਸ਼ੁਭਮ ਏ। ਪੰਜਾਬ ਦੀਆਂ ਵੱਡੀਆਂ ਅਤੇ ਤਾਜ਼ਾ ਖਬਰਾਂ ਦੇ ਲਈ ਅੱਜ ਦੀ ਆਵਾਜ਼ ਦੇ ਫੇਸਬੁੱਕ ਪੇਜ ਨੂੰ ਲਾਈਕ ਕਰੋ, ਪੇਜ ਫੋਲੋ ਕਰ ਆਪਣੇ ਦੋਸਤਾਂ ਦੇ ਨਾਲ ਸਾਂਝਾ ਕਰੋ। ਦੇਸ਼ ਵਿਦੇਸ਼ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਖਬਰਾਂ ਲਈ ਤੁਸੀਂ ਸਾਡੇ ਯੂਟਿਊਬ ਚੈਨਲ ਅੱਜ ਦੀ ਆਵਾਜ਼ ਨੂੰ ਸਬਸਕ੍ਰਾਈਬ ਕਰੋ। ਹਰ ਇੱਕ ਤਰ੍ਹਾਂ ਦੀ ਲੇਟੈਸਟ ਬ੍ਰੇਕਿੰਗ ਖਬਰ ਲਈ ਸਾਨੂੰ ਤੁਸੀਂ ਇੰਸਟਾਗ੍ਰਾਮ ਦੇ ਉੱਤੇ ਵੀ ਫੋਲੋ ਕਰੋ। ਦੇਸ਼ ਵਿਦੇਸ਼ ਦੀ ਹਰ ਇੱਕ ਤਰ੍ਹਾਂ ਦੀ ਖਬਰ ਹੁਣ ਤੁਹਾਨੂੰ ਮਿਲੇਗੀ ਸਿਰਫ ਅੱਜ ਦੀ ਆਵਾਜ਼ ਦੇ ਉੱਤੇ। ਤੁਸੀਂ ਅੱਜ ਦੀ ਆਵਾਜ਼ ਦਾ ਈ ਪੇਪਰ ਐਡੀਸ਼ਨ ਪੜ੍ਹਨ ਲਈ ਸਾਡੀ ਵੈਬਸਾਈਟ ਦੇ ਉੱਤੇ ਵੀ ਵਿਜ਼ਿਟ ਕਰ ਸਕਦੇ ਹੋ। ਕੈਨੇਡਾ ਹੋਵੇ ਜਾਂ ਫਿਰ ਇੰਗਲੈਂਡ, ਅਮੈਰੀਕਾ ਹੋਵੇ ਜਾਂ ਫਿਰ ਆਸਟ੍ਰੇਲੀਆ, ਪੰਜਾਬੀ ਭਾਈਚਾਰੇ ਨਾਲ ਜੁੜੀ ਹਰ ਇੱਕ ਖਬਰ ਪਹੁੰਚਾਈ ਜਾਵੇਗੀ ਤੁਹਾਡੇ ਤੱਕ। ਚੁੱਕੇ ਜਾਣਗੇ ਮਸਲੇ, ਹੋਵੇਗੀ ਹੱਕ ਦੀ ਗੱਲ। ਗਰੀਬਾਂ ਅਤੇ ਪਿਛੜਿਆਂ ਦਾ ਇੱਕੋ ਇੱਕ ਭਰੋਸੇਮੰਦ ਨਿਊਜ਼ ਚੈਨਲ ਅੱਜ ਦੀ ਆਵਾਜ਼। ਰੋਜ਼ਾਨਾ ਅੱਜ ਦੀ ਆਵਾਜ਼, ਪੰਜਾਬ ਦੀ ਭਰੋਸੇਮੰਦ ਅਖ਼ਬਾਰ।